ਬਈ ਇਹੋ ਜਿਹਾ ਗਾਣਾ ਸੁਣ ਕੇ ਨਾ ਮਿਲ ਮਿੱਤਰ ਤਾਂ ਰਿਹਾ ਨਹੀਂ ਕਹੇਗਾ, ਅਤੇ ਮਿਲ ਮਿੱਤਰ ਆ ਕੇ ਕਹਿੰਦਾ ਓਏ ਹੋਏ ਬਈ ਮੈਨੂੰ ਲੱਗਦਾ ਮੈਮ ਨੂੰ ਕਰੰਟ ਲੈ ਗਿਆ। ਮੈਮ ਕਹਿੰਦ ਵਾਟ ਵਾਟ ਹੈਪਨ ਵਾਟ ਫੋਟੋ ਫੋਟੋ ਖਿੱਚ ਲਓ। ਜਦੋਂ ਮੈਮ ਨੇ ਕਿਹਾ ਨਾ ਵੀ ਵਾਟ ਵਾਟ ਹੈਪਨ ਵਾਟ, ਅਤੇ ਮਿਲ ਮਿੱਤਰ ਕਹਿੰਦਾ ਓਏ ਹੋਏ ਉਹ ਵਰਤਾਂ ਤੇਰੇ ਕੱਢ ਦਿਆਂਗੇ, ਉਹ ਮੜ ਜੀ ਕੋਲ ਨੂੰ ਤਾਂ ਹੋ ਜਾ। ਓਏ ਹੋਏ ਇੱਕ ਚੂੰਡੀ ਦਾ ਵੱਢ ਲੈਣ ਦੇ। ਓਏ ਹੋਏ ਬਈ ਇੰਨੇ ਨੂੰ ਨਾ ਇਹਨਾਂ ਦੀ ਗੱਲ ਹਜੇ ਮੁੱਕੀ ਨਹੀਂ ਸੀਗੀ, ਅਤੇ ਭਜਨੇ ਨੇ ਅਤਰੋਂ ਛੇੜ ਲਈ, ਅਤੇ ਉੱਧਰੋਂ ਭਜਨੋਂ ਭਜਨਾਮ ਲਈ ਆ ਗਿਆ। ਉੱਧਰ ਉਹਨੂੰ ਕਹਿੰਦਾ ਅਤਰੋਂ ਤੂੰ ਵੀ ਸੁਣਾ ਦੇ ਬਈ ਗੀਤ, ਨਾਲੇ ਤੇਰਾ ਗੀਤ ਸੁਣਿਆ ਨੂੰ ਬਹੁਤ ਚਿਰ ਹੋ ਗਿਆ ਤੈਨੂੰ ਮੈਂ ਦੱਸਾਂ। ਅਤੇ ਇੰਨੇ ਨੂੰ ਅਤਰੋਂ ਗੁੱਸਾ ਕਰ ਗਈ, ਅਤਰੋਂ ਗੁੱਸਾ ਕਰ ਗਈ, ਅਤੇ ਉੱਧਰੋਂ ਕਹਿੰਦੀ ਬੇ ਮੈਂ ਤਾਂ ਤੈਨੂੰ ਗੀਤ ਸੁਣਾਉਣਾ ਹੀ ਆ ਰਾਮ ਦਾ ਕੁੱਤਾ, ਬੇ ਆਹ ਕੀ ਹੋ ਗਿਆ ਹਰਾਮ ਦਾ ਕੁੱਤਾ, ਖੜ ਜਾ ਤੈਨੂੰ ਮੈਂ ਸੁਣਾਉਂਦੀ ਤੇਰੇ ਛੜੀ, ਖੜ ਜਾ ਇੱਥੇ ਹੀ ਖੜ ਜਾ ਬੇ ਗੀਤ ਸੁਣਾਉਂਦੀ ਮਾਂ ਤੋਂ ਜਾ ਕੇ ਬੇ ਗੀਤ ਸੁਣਾਉਂਦੀ ਭੈਣ ਤੋਂ ਜਾ ਕੇ, ਖੜ ਜਾ ਤੈਨੂੰ ਮੈਂ ਦੱਸ ਦਿਆਂ ਗੱਲਾਂ। ਅਤੇ ਇਹਦੋ ਇਦੋਂ ਬਾਅਦ ਨਾ ਆਪਣੇ ਜਮਲਾ ਜੱਟ ਜੀ ਆ ਗਏ ਉੱਥੇ। ਹੁਣ ਜਮਲਾ ਜੱਟ ਜੀ ਉਹ ਗੀਤ ਆਪਣੇ ਕਿਵੇਂ ਪੇਸ਼ ਕਰਦੇ ਨੇ। ਸਤਿਗੁਰ ਨਾਨਕ ਤੇਰੇ ਲੀਲਾ ਨਿਆਰੀ ਹੈ, ਅਤਰੋ ਨੇ ਭਜਨਾ ਕੁੱਟਦਾ ਹੋਰਾਂ ਦੀ ਬਾਰੀ ਹੈ। ਟੁੰਗ 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 ਟੁੰਗ। ਲਓ ਜੀ ਜਦੋਂ ਉਹਨੇ ਕਿਹਾ ਨਾ ਵੀ ਹੋਰਾਂ ਦੀ ਵੀ ਬਾਰੀ ਆਉਣ ਵਾਲੀ ਆ ਵੀ ਕੁੱਟ ਪੈਣ ਦੀ, ਅਤੇ ਮੈਂ ਕਿਹਾ ਵੀ ਇਸ ਤੋਂ ਪਹਿਲਾਂ ਕਿ ਮੇਰੇ ਜਾਣੂ ਵੀ ਮੇਰੇ ਵੱਲ ਨੂੰ ਆਉਣ ਦਰਸ਼ਕ ਵੀਰ ਮੇਰੇ ਨੂੰ ਕੁੱਟਣ ਆਉਣ, ਤਾਂ ਇਸ ਲਈ ਮੈਂ ਉੱਥੋਂ ਨਾ ਸਾਰਿਆਂ ਨੂੰ ਫਤਿਹ ਬੁਲਾ ਕੇ ਜਦੀ ਆ ਗਿਆ ਜੀ। ਠੀਕ ਹੈ ਜੀ, ਬਣ ਗਈ ਜੀ ਗੱਲ? ਠੀਕ ਹੈ।